ਪੰਜਾਬੀ ਸਿਨੇਮਾ ਜਗਤ ਵਿੱਚ ਅਨੇਕਾਂ ਹੀ ਸੂਝਵਾਨ ਹਸਤੀਆਂ ਨੇ ਆਪਣਾ ਆਪਣਾ ਯੋਗਦਾਨ ਪਾਇਆ, ਪਰ ਇਹਨਾਂ ਸਭ ਨੂੰ ਅੱਗੇ ਲਿਆਉਣ ਵਿੱਚ ਸਭ ਤੋਂ ਵੱਧ ਮਿਹਨਤ ਕਰਨ ਵਾਲਾ ਹੁੰਦਾ ਹੈ ਫਿਲਮ ਦਾ ਡਾਇਰੈਕਟਰ। ਡਾਇਰੈਕਟਰ ਵੱਲੋਂ ਹਰ ਇੱਕ ਦ੍ਰਿਸ਼ ਨੂੰ ਚੰਗੀ ਤਰ੍ਹਾਂ ਨਾਲ ਵੇਖਣ ਤੋਂ ਬਾਅਦ ਇਸ ਸੀਨ ਨੂੰ ਜਨਤਕ ਕੀਤਾ ਜਾਂਦਾ ਹੈ, ਕਿਉਂਕਿ ਇੱਕ ਡਾਇਰੈਕਟਰ ਹੀ ਅਜਿਹਾ ਕਿਰਦਾਰ ਹੁੰਦਾ ਹੈ ਜਿਸ ਨੂੰ ਸਰਵਉੱਚ ਪਹਿਰੇਦਾਰ ਮੰਨਿਆ ਜਾਂਦਾ ਹੈ। ਅਜਿਹੀ ਸ਼ਖਸੀਅਤ ਦੇ ਮਾਲਕ ਨੇ ਤਰਨਵੀਰ ਸਿੰਘ ਜਗਪਾਲ। ਨਿੱਕੀ ਉਮਰ ਵਿੱਚ ਅਨੇਕਾਂ ਹੀ ਮੱਲਾਂ ਮਾਰਨ ਵਾਲੀ ਇਸ ਸ਼ਖਸੀਅਤ ਨੇ ਪੰਜਾਬੀ ਸਿਨੇਮਾ ਜਗਤ ਵਿੱਚ ਅਜਿਹੀਆਂ ਫਿਲਮਾਂ ਬਣਾ ਕੇ ਜਨਤਕ ਕੀਤੀਆਂ ਜਿਸ ਨਾਲ ਪੂਰੇ ਵਿਸ਼ਵ ਵਿੱਚ ਇਸ ਚਮਕਦੇ ਸਿਤਾਰੇ ਨੇ ਵਾਹ ਵਾਹੀ ਖੱਟੀ। ਇਹਨਾਂ ਵੱਲੋਂ ਬਣਾਈਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਫਿਲਮਾਂ ਨੇ ਤਰਸੇਮ ਜੱਸੜ ਅਤੇ ਸਿਮੀ ਚਾਹਲ ਦੀ ਜੋੜੀ ਵਾਲੀ ਫਿਲਮ ਰੱਬ ਦਾ ਰੇਡੀਓ, ਜਿਸ ਵਿੱਚ ਇਹਨਾਂ ਨੇ ਖੂਬਸੂਰਤ ਲਵ ਸਟੋਰੀ ਨੂੰ ਲੋਕਾਂ ਸਾਹਮਣੇ ਸ਼ੋਅ ਕੀਤਾ। ਇਸ ਤੋਂ ਬਾਅਦ ਗੱਲ ਕਰੀਏ ਤਾਂ ਇਹਨਾਂ ਦੀ ਅਗਲੀ ਫਿਲਮ ਦੀ, ਸੱਚਮੁੱਚ ਇਸ ਫਿਲਮ ਨੇ ਤਾਂ ਸਭ ਦਾ ਦਿਲ ਹੀ ਜਿੱਤ ਲਿਆ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਸਿੰਗਰ ਅਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੀ ਫਿਲਮ ਯੈਸ ਆਈ ਐਮ ਸਟੂਡੈਂਟ ਦੀ, ਜਿਹੜੀ ਤਰਨਵੀਰ ਸਿੰਘ ਜਗਪਾਲ ਦੁਆਰਾ ਹੀ ਡਾਇਰੈਕਟ ਕੀਤੀ ਗਈ ਸੀ। ਇਸ ਫਿਲਮ ਰਾਹੀਂ ਇਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਾਂ ਦੇ ਹਾਲਾਤਾਂ ਬਾਰੇ ਪੂਰੀ ਦੁਨੀਆ ਵਿੱਚ ਦਰਸਾਇਆ ਸੀ। ਇਸ ਤੋਂ ਇਲਾਵਾ ਇੱਕ ਹੋਰ ਸੁਪਰਹਿੱਟ ਫਿਲਮ ਦਾ ਵੀ ਇੱਥੇ ਜ਼ਿਕਰ ਕਰ ਦਿੰਦੇ ਹਾਂ, ਜਿਸ ਫਿਲਮ ਰਾਹੀਂ ਤਰਨਵੀਰ ਜਗਪਾਲ ਹੋਰਾਂ ਨੇ ਪਰਿਵਾਰਕ ਸਾਂਝ ਅਤੇ ਰਿਸ਼ਤਿਆਂ ਨਾਤਿਆਂ ਨੂੰ ਸਭ ਤੋਂ ਵੱਡੀ ਤਰਜੀਹ ਦੱਸਣ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਗੱਲ ਕਰ ਰਹੇ ਹਾਂ ਫਿਲਮ ਦਾਣਾ ਪਾਣੀ ਦੀ, ਜਿਸ ਵਿੱਚ ਜਿਮੀ ਸ਼ੇਰਗਿੱਲ ਅਤੇ ਸਿਮੀ ਚਾਹਲ ਦੀ ਜੋੜੀ ਨੇ ਸਭ ਦਾ ਮਨੋਰੰਜਨ ਕੀਤਾ ਸੀ। ਨਾਲ ਹੀ ਭਾਵੁਕ ਹੋਣ ਵਾਲੀ ਸਟੋਰੀ ਨਾਲ ਜਗਪਾਲ ਹੋਰਾਂ ਨੇ ਹਰ ਇੱਕ ਦਾ ਦਿਲ ਵੀ ਜਿੱਤ ਲਿਆ ਸੀ। ਅਤੇ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਆਉਣ ਵਾਲੇ ਪ੍ਰੋਜੈਕਟ ਦੀ, ਤਾਂ ਇਹਨਾਂ ਵੱਲੋਂ ਇੱਕ ਹੋਰ ਸੁਪਰਹਿੱਟ ਮੂਵੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹਨਾਂ ਦੀ ਆਉਣ ਵਾਲੀ ਫਿਲਮ ਉੱਚਾ ਦਰ ਬਾਬੇ ਨਾਨਕ ਦਾ ਦ ਫਸਟ ਲੁੱਕ ਆਊਟ ਕਰ ਦਿੱਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਭਰਮਾ ਹੁੰਗਾਰਾ ਵੀ ਮਿਲ ਰਿਹਾ ਹੈ। ਆਓ ਵੇਖਦੇ ਹਾਂ ਤਰਨ ਜਗਪਾਲ ਦਾ ਇਸ ਫਿਲਮ ਬਾਰੇ ਕੀ ਕਹਿਣਾ ਹੈ। ਹੁਣ ਤੁਹਾਡੀ ਫਿਲਮ ਆ ਰਹੀ ਹੈ ਉੱਚਾ ਦਰ ਬਾਬੇ ਨਾਨਕ ਦਾ, ਇਹਦੀ ਤੁਸੀਂ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹੋ, ਤੁਸੀਂ ਲਿਖਿਆ ਤੇ ਤੁਸੀਂ ਇਹਨੂੰ ਪ੍ਰੋਡਿਊਸ ਵੀ ਕਰ ਰਹੇ ਹੋ, ਇਹ ਇਹ ਕਿਵੇਂ ਖਿਆਲ ਆਇਆ, ਇਹ ਫਿਲਮ ਇਸ ਤਰ੍ਹਾਂ ਦੀ ਫਿਲਮ ਬਣਾਉਣ ਦਾ ਖਿਆਲ ਕਿਵੇਂ ਆਇਆ? ਮੋਸਟਲੀ ਹੁੰਦਾ ਕਿ ਲੋਕ ਜੋ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਮਾਰਕੀਟ 'ਚ ਉਹੋ ਜਿਹੀ ਫਿਲਮ ਬਣਾਉਂਦੇ ਆ, ਤੁਹਾਨੂੰ ਕਿੱਦਾਂ ਸੋਚ ਕੀ ਸੀ ਤੁਹਾਡੀ? ਇਹ ਭੈਣੇ ਉੱਚਾ ਦਰ ਬਾਬੇ ਨਾਨਕ ਦਾ ਤਾਂ ਹੁਣ ਤਾਂ ਨਹੀਂ ਭੈਣੇ, ਬਹੁਤ ਚਿਰ ਤੋਂ ਸੋਚਦਾ ਸੀ ਜਦੋਂ ਪ੍ਰੋਪਰਲੀ ਚੀਜ਼ਾਂ ਥੋੜ੍ਹੀਆਂ ਜਿਹੀਆਂ ਸਮਝ ਆ ਜਾਣ ਵੀ ਫਿਰ ਫਿਲਮਾਂ ਆਪਦੀ ਫਰੀਡਮ ਨੂੰ ਲੈ ਕੇ, ਇੱਕ ਬੰਦਾ ਜਦੋਂ ਹਰ ਪੱਖੋਂ ਫਰੀ ਮਾਇੰਡ ਹੋਵੇ ਸਪੈਸ਼ਲੀ, ਫਿਰ ਹੀ ਇਹੋ ਜਿਹੀ ਚੀਜ਼ਾਂ ਬਣ ਸਕਦੀਆਂ। ਸੋ ਇਹ ਮਾਇੰਡਸ ਤਾਂ ਬਹੁਤ ਚਿਰ ਤੋਂ ਸੀ, ਬਟ ਇਹ ਪੋਸੀਬਲ ਨਹੀਂ ਸੀ ਭੈਣੇ ਹੋ ਰਹੀਆਂ। ਕਈ ਕਾਰਨ ਨੇ ਇਹਦੇ ਪਿੱਛੇ, ਹੈ ਨਾ, ਹੁੰਦੇ ਹੀ ਨੇ, ਤੁਹਾਨੂੰ ਪਤਾ ਫਿਲਮ ਇੰਡਸਟਰੀ ਕਿੱਦਾਂ ਕਿਵੇਂ ਕੀ ਕੀ ਚੀਜ਼ਾਂ ਹੁੰਦੀਆਂ ਨੇ। ਬਟ ਫਾਈਨਲੀ ਜਦੋਂ ਬੇਸਿਕਲੀ ਜਦੋਂ ਭੈਣੇ ਕੁਦਰਤ ਚਾਹੁੰਦੀ ਨਾ ਤੁਹਾਡੀਆਂ ਫਿਲਮਾਂ ਬਣਨ, ਤਾਂ ਫਿਰ ਸਾਰੀਆਂ ਵੱਡੀਆਂ ਤੋਂ ਵੱਡੀਆਂ ਪ੍ਰੋਬਲਮਾਂ ਵੀ ਠੀਕ ਹੋ ਜਾਂਦੀਆਂ। ਸੋ ਉਵੇਂ ਹੀ ਉੱਚਾ ਦਰ ਬਾਬੇ ਨਾਨਕ ਦਾ ਸਾਨੂੰ 2 ਸਾਲ ਹੋ ਗਏ ਇਹ ਫਿਲਮ ਦਾ ਸ਼ੂਟ ਕਰਦਿਆਂ, ਤਕਰੀਬਨ 3 ਸਾਲ ਹੋ ਗਏ 2021 ਤੋਂ ਬਾਅਦ, 2024 ਆ ਗਿਆ ਅਤੇ ਇਹ ਫਿਲਮ ਹੁਣ ਮੁਕੰਮਲ ਹੋਈ ਹੈ। ਸੋ ਇਹ ਮੇਰਾ ਇੱਕ ਤਰ੍ਹਾਂ ਦਾ ਮੇਰਾ ਡ੍ਰੀਮ ਪ੍ਰੋਜੈਕਟ ਕਹਿ ਲਓ ਭੈਣੇ, ਕਿ ਮੈਂ ਚਾਹੁੰਦਾ ਸੀਗਾ ਵੀ ਇਸ ਟੋਪਿਕ ਦੇ ਉੱਤੇ, ਬਟ ਬੜਾ ਸੈਂਸਿਟਿਵ ਜਿਹਾ ਟੋਪਿਕ ਹੈ ਜਿਹੜਾ, ਜਿਸ ਨੂੰ ਅਸੀਂ ਇਹਨੂੰ ਇਸ ਟਾਈਟਲ ਦੇ ਨਾਲ ਛੂਹਿਆ ਆ। ਤੋ ਬਸ ਹੁਣ 12 ਚਲਾਈ ਆ ਰਹੀ ਭੈਣੇ, ਤੁਸੀਂ ਬਾਕੀ ਫਿਲਮ ਵੇਖਿਓ। ਇਹਦੇ ਵਿੱਚ ਬਹੁਤ ਸ਼ੁਕਰ ਹਾਂ ਅਸੀਂ ਕਿ ਤੁਸੀਂ ਸਾਡੀ ਫਿਲਮ 'ਚ ਆਏ ਮੈਮ ਕਿਦਮੀ ਜੀ, ਤੁਸੀਂ ਸਰਬਜੀਤ ਭਾਜੀ, ਯੋਗਰਾਜ ਜੀ, ਦੇਵ ਕਰੋੜ ਬਾਈ, ਮੋਨਿਕਾ ਗਿੱਲ, ਸੋ ਹੋਰ ਬਹੁਤ ਸਾਰੇ ਕਲਾਕਾਰ ਨੇ ਆਪਣੀ ਫਿਲਮ ਦੇ ਵਿੱਚ, ਸੰਘਾ ਭਾਜੀ, ਸਰਤਾ ਤਿਵਾੜੀ ਮੈਡਮ, ਨਗਿੰਦਰ ਕੱਖੜ ਜੀ, ਰੋਣੀ ਸਾਹਿਬ, ਸੋ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ। ਦਿਲੂ, ਗੁਰਨਾਸ ਕੌਰ, ਜਪਨਜੋਤ ਕੌਰ, ਕਿੰਨੇ ਪਿਆਰੇ ਪਿਆਰੇ ਇਨਸਾਨ ਨੇ ਸਾਡੀ ਫਿਲਮ 'ਚ। ਸੋ ਆਮ ਬਲੈਸਡ ਕਿ ਤੁਸੀਂ ਸਾਰੇ ਨਾਲ ਹੋ, ਅਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ।
ਕਿ ਐਨ ਫੈਮਿਲੀ ਪਰਿਵਾਰ ਵਾਂਗੂ ਆਪਾਂ ਇਹ ਫਿਲਮ ਬਣਾਈ ਹੈ ਸਾਰਿਆਂ ਨੇ, ਜਿਵੇਂ ਤੁਸੀਂ ਦੇਖਿਆ ਸਾਰਾ ਕੁਛ। ਅਤੇ 5-7 ਦਿਨਾਂ 'ਚ ਬਸ ਪ੍ਰੋਮੋ ਗਾਣੇ ਚੀਜ਼ਾਂ ਸ਼ੁਰੂ ਹੋ ਜਾਣਗੀਆਂ ਜੀ ਹੁਣ। ਅਤੇ ਜਿਵੇਂ ਕਿ ਮੈਨੂੰ ਪਤਾ ਹੈ ਕਿ ਫਿਲਮ ਬਹੁਤ ਸਾਰੇ ਦੇਸ਼ਾਂ 'ਚ ਸ਼ੂਟ ਹੋਈ ਹੈ, ਇਹ ਇੰਨੇ ਸਾਰੇ ਕੰਟਰੀਜ਼ ਵਿੱਚ ਸ਼ੂਟ ਕਿਉਂ ਕੀਤੀ, ਕੀ ਉਹਦਾ ਹੈਗਾ ਵਾ, ਤੁਸੀਂ ਕੀ ਚਾਹੁੰਦੇ ਸੀ ਕਿ ਫਿਲਮ 'ਚ ਡੈਫੀਨੇਟਲੀ ਦਿਖੇ? ਚਾਹੁੰਦੇ ਤਾਂ ਭੈਣੇ ਬਸ ਇੱਕ ਇਹ ਸਭ ਤੋਂ ਵੱਡਾ ਕਾਰਨ ਇਹ ਸੀਗਾ ਵੀ ਉਹ ਮੁਲਕਾਂ ਨੂੰ ਸ਼ੂਟ ਕਰਨ ਦਾ, ਕਿ ਉੱਥੇ ਸਿੱਖਿਜ਼ਮ ਨੂੰ ਲੈ ਕੇ ਫਸਟ ਜਿਹੜੇ ਸਿੱਖ ਵਰਸ਼ਿਪ ਟੈਂਪਲ ਬਣੇ ਨੇ, ਜਿਵੇਂ ਅਮੈਰੀਕਾ ਦੇ ਵਿੱਚ ਸਟੋਕਟਨ ਕੈਲੀਫੋਰਨੀਆ ਦੇ ਵਿੱਚ 1906 ਦੇ ਵਿੱਚ ਗਦਰੀ ਬਾਬਿਆਂ ਦਾ। ਸੋ ਉਹ ਗੁਰੂ ਘਰ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਮਤਲਬ ਮੈਨੂੰ ਐਂ ਲੱਗਦਾ ਵੀ ਜਿਹੜੀ ਹੋਰ ਪਾਸੇ ਬੈਠੀ ਸੰਗਤ ਆ ਜਾਂ ਪੰਜਾਬ 'ਚ ਬੈਠੀ ਸੰਗਤ ਆ ਜਾਂ ਹੋਰ ਕਿਤੇ ਆ ਜਾਂ ਜਿਹੜੇ ਲੋਕ ਨਹੀਂ ਦਰਸ਼ਨ ਕਰ ਪਾ ਰਹੇ ਜਾਂ ਕਰ ਸਕੇ ਹੁਣ ਤੱਕ, ਗਾਹ ਕਰਨਗੇ ਨਾ, ਸੋ ਉਹਨਾਂ ਨੂੰ ਘੱਟੋ ਘੱਟ ਉਹ ਚੀਜ਼ਾਂ ਦਿਖਣ ਤਾਂ ਸਹੀ। ਪੰਜਾਬ ਰਿਲੇਟਡ ਗੁਰੂ ਘਰ ਸਾਰੇ ਆਪਣੇ ਲੋਕ ਜਾਂਦੇ ਨੇ, ਪਹੁੰਚਦੇ ਨੇ ਵੀ ਇੱਥੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਵੀ ਬਹੁਤ ਸਿੱਖੀ ਨੂੰ ਲੈ ਕੇ ਚੀਜ਼ਾਂ ਬਣੀਆਂ ਹੋਈਆਂ ਨਾ, ਬਹੁਤ ਪੁਰਾਤਨ ਪੁਰਾਣੀਆਂ। ਸੋ ਉਹ ਚੀਜ਼ਾਂ ਨੂੰ ਅਸੀਂ ਨਾ ਨੋਟਿਸ ਕਰਕੇ ਲਾਈਕ ਉਹ ਟਰਾਈ ਕੀਤੀ ਹੈ ਕਿ ਉੱਥੇ ਤੱਕ ਪਹੁੰਚੀਏ, ਜਿਵੇਂ ਕਿ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਸਟੇਟ 'ਤੇ ਨਾ, ਉਹ ਪਹਿਲਾ ਗੁਰੂ ਘਰ ਆ ਕੈਨੇਡਾ ਦਾ, ਸਭ ਤੋਂ ਪਹਿਲਾ ਗੁਰੂ ਘਰ। ਅਮੈਰੀਕਾ ਦਾ ਪਹਿਲਾ ਗੁਰੂ ਘਰ ਕਿੱਥੇ ਆ, ਆਸਟ੍ਰੇਲੀਆ ਦਾ ਪਹਿਲਾ ਗੁਰੂ ਘਰ ਕਿੱਥੇ ਆ, ਨਿਊਜ਼ੀਲੈਂਡ ਦਾ ਪਹਿਲਾ ਗੁਰੂ ਸਿੱਖ ਟੈਂਪਲ ਕਿੱਥੇ ਆ। ਸੋ ਇਵੇਂ ਕਰਕੇ ਇਹ ਚੀਜ਼ਾਂ ਅਸੀਂ ਕੋਸ਼ਿਸ਼ ਕੀਤੀ। ਪਾਕਿਸਤਾਨ 'ਚ ਨਨਕਾਣਾ ਸਾਹਿਬ, ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ, ਜਨਮ ਸਥਾਨ ਉਹਨਾਂ ਦਾ, ਉਹ ਉੱਥੇ ਵੀ ਅਸੀਂ ਸ਼ੂਟ ਕੀਤਾ ਜੀ। ਸੋ ਇਹ ਇੱਕ ਕਾਰਨ ਸੀਗਾ ਕਿ ਪਹਿਲੀਆਂ ਚੀਜ਼ਾਂ, ਜਿਵੇਂ ਮੇਰੇ ਮਨ 'ਚ ਗੱਲ ਕਿਵੇਂ ਆਈ ਉਹ ਵੀ ਉੱਚਾ ਦਰ ਬਾਬੇ ਨਾਨਕ ਦਾ ਜਿਹੜੀ ਪਹਿਲੀ ਫਿਲਮ ਬਣੀ ਸੀ 1982 'ਚ ਗੁਰਦਾਸ ਮਾਨ ਸਾਹਿਬ ਉਹਨਾਂ ਨੇ ਬਣਾਈ ਸੀ, ਉਹਦੇ ਵਿੱਚ ਉਹਨਾਂ ਨੇ ਨਾ ਸਿੱਖ ਗੁਰਦੁਆਰਾ ਸਾਹਿਬ, ਕਾਫੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਸੀ ਸੰਗਤ ਨੂੰ ਫਿਲਮ ਦੇ ਜ਼ਰੀਏ ਚੱਲਦੇ। ਸੋ ਮੈਨੂੰ ਇਹ ਲੱਗਦਾ ਵੀ ਉਸ ਵਕਤ ਉਹ ਉੱਥੇ ਜਿੱਥੇ ਤੱਕ ਲਾਈਕ ਪੰਜਾਬ, ਹਰਿਆਣਾ, ਹਿਮਾਚਲ, ਮੈਨੂੰ ਲੱਗਦਾ ਵੀ ਹਿਮਾਚਲ ਤੱਕ ਉਹ ਉੱਧਰ ਨੂੰ ਪਹੁੰਚੇ ਸੀ। ਅਤੇ ਮੈਨੂੰ ਇਹ ਲੱਗਦਾ ਵੀ ਹੁਣ ਜਿੰਨਾ ਸਕੋਪ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਹੋ ਗਿਆ ਅਤੇ ਵੀ ਕਿਉਂ ਨਾ ਅਸੀਂ ਇਹਨੂੰ ਹੋਰ ਸਰਹੱਦਾਂ ਤੋਂ ਪਾਰ ਜਾਈਏ, ਲਾਈਕ ਆਪਣੇ ਮੁਲਕ ਤੋਂ ਨਿਕਲ ਕੇ ਬਾਕੀ ਮੁਲਕਾਂ ਦੇ ਵਿੱਚ ਵੀ ਜਾਣ ਦੀ ਕੋਸ਼ਿਸ਼ ਕਰੀਏ। ਸੋ ਮੈਂ ਕੋਸ਼ਿਸ਼ ਕੀਤੀ ਸੀ ਪਰ ਉਹ ਕੋਸ਼ਿਸ਼ ਪਰਮਾਤਮਾ ਵੱਲੋਂ ਕਾਮਯਾਬ ਹੋਈ ਅਤੇ ਸਾਰੇ ਮੁਲਕਾਂ 'ਚ ਸ਼ੂਟ ਹੋ ਚੁੱਕਿਆ ਫਿਲਮ ਦੇ ਵਿੱਚ। ਤੁਹਾਨੂੰ ਇਹ ਐਂਡ ਦੇ ਸਰਪ੍ਰਾਈਜ਼ ਸੀਗਾ, ਬਟ ਹੁਣ ਮੈਨੂੰ ਪਤਾ ਨਹੀਂ ਤੁਸੀਂ ਭੈਣੇ ਪਹਿਲਾਂ ਕਲਿੱਪ ਪਾਉਣਾ ਜਾਂ ਬਾਅਦ 'ਚ ਪਾਉਣਾ, ਬਟ ਇਹ ਸੱਚੀਆਂ ਨੇ ਚੀਜ਼ਾਂ ਕਿ ਉਹ ਐਂਡ ਦੇ ਸਰਪ੍ਰਾਈਜ਼ ਸੀਗਾ ਅਤੇ ਵੀ ਐਂਡ ਦੇ ਵਿੱਚ ਉਹ ਸਾਰੇ ਮੁਲਕਾਂ ਦੇ ਗੁਰੂ ਘਰ ਉਹਨਾਂ ਦੇ ਦਰਸ਼ਨ ਹੋ ਰਹੇ ਨੇ ਫਿਲਮ ਦੇ ਵਿੱਚ। ਅਤੇ ਸੋ ਇਹ ਆਈਡੀਆ ਸੀ, ਆਈਡੀਆ ਐਗਜ਼ੀਕਿਊਟ ਹੋਇਆ ਰੱਬ ਨੇ ਪਰਮਾਤਮਾ ਵੱਲੋਂ, ਆਈਡੀਆ ਆਇਆ ਅਤੇ ਬਣਿਆ ਜੀ। ਦੈਟਸ ਇਟ। ਬਹੁਤ ਵਧੀਆ। ਹੋਰ ਤੁਸੀਂ ਪੰਜਾਬੀਆਂ ਨੂੰ ਕੀ ਸਲਾਹ ਦਿਓਗੇ ਜਿਹਦੇ ਨਾਲ ਅਸੀਂ ਪੰਜਾਬੀ ਬਣੇ? ਬਹੁਤ ਸਮਝਦਾਰ ਨੇ ਪਹਿਲਾਂ ਹੀ, ਇਹਨਾਂ ਕੋਈ ਸਲਾਹ ਨਹੀਂ। ਨਹੀਂ ਜਿਹੜੇ ਜਿਹਦੇ ਨਾਲ ਸਲਾਹ ਤਾਂ ਮੈਂ ਨਹੀਂ, ਮੇਰਾ ਮਤਲਬ ਹੈ ਵੀ ਆਪਾਂ ਕੀ ਕਹਿ ਸਕਦੇ ਐਜ਼ ਆਡੀਅੰਸ, ਸਾਨੂੰ ਕੀ ਕਰਨਾ ਚਾਹੀਦਾ ਤਾਂ ਕਿ ਵਧੀਆ ਫਿਲਮਾਂ, ਵਧੀਆ ਰੂਹ ਨੂੰ ਛੂਹਣ ਵਾਲੀਆਂ ਫਿਲਮਾਂ ਬਣਨ? ਬਹੁਤ ਸੋਹਣੀਆਂ, ਮੈਨੂੰ ਲੱਗਦਾ ਬਹੁਤ ਸੋਹਣੀਆਂ ਆਲਰੇਡੀ ਪੰਜਾਬੀ ਇੰਡਸਟਰੀ 'ਚ ਫਿਲਮਾਂ ਹੁਣ ਬਣ ਰਹੀਆਂ, ਬਹੁਤ ਸੋਹਣੇ ਸੋਹਣੇ ਟੌਪਿਕ, ਬੜੇ ਸੈਂਸਿਟਿਵ ਟੌਪਿਕਸ, ਅਤੇ ਸਾਰੇ ਬੰਦੇ ਬਹੁਤ ਸੋਹਣੀ ਮਿਹਨਤ ਕਰਕੇ ਫਿਲਮਾਂ ਬਣਾ ਰਹੇ ਨੇ, ਆਲਰੇਡੀ ਬਹੁਤ ਸੋਹਣੀਆਂ ਫਿਲਮਾਂ ਬਣ ਰਹੀਆਂ, ਬਟ ਇਹਨਾਂ ਨੂੰ ਯੈਸ ਕਿ ਇਹਨਾਂ ਨੂੰ ਹੰਗਾਰਾ ਮਿਲਣਾ ਚਾਹੀਦਾ, ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਨਾਂ ਨੂੰ ਜ਼ਰੂਰ ਸਲਾਉਣਾ ਚਾਹੀਦਾ ਤਾਂ ਕਿ ਲੋਕ ਹੋਰ ਥੋੜ੍ਹਾ ਜਿਹਾ ਚੰਗਾ ਫੀਲ ਕਰਨ ਅਤੇ ਚੰਗੀਆਂ ਫਿਲਮਾਂ ਬਣਾਉਣ, ਹੈ ਨਾ। ਅਤੇ ਬਾਕੀ ਮੈਨੂੰ ਐਂ ਲੱਗਦਾ ਵੀ ਜਿਹੜੀ ਬਾਹਰ ਬੈਠੀ ਆਡੀਅੰਸ ਆ, ਸਪੈਸ਼ਲੀ ਕੈਨੇਡਾ, ਅਮੈਰੀਕਾ, ਨੌਰਥ ਅਮੈਰੀਕਾ ਅਤੇ ਸਪੈਸ਼ਲੀ ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਮੁਲਕਾਂ 'ਚ ਲੋਕ ਵਾਕਿਆ ਸਮਝਦਾਰ ਨੇ, ਜੋ ਮੈਂ ਪਿਛਲੀਆਂ
ਚੀਜ਼ਾਂ ਵੇਖੀਆਂ ਜਿਹੜੀਆਂ ਫਿਗਰ ਚੀਜ਼ਾਂ ਨੇ ਵੀ ਚੰਗੀਆਂ ਫਿਲਮਾਂ ਨੂੰ ਲੋਕ ਵਾਕਿਆ ਸਰਾਉਂਦੇ ਨੇ ਅਤੇ ਵੇਖਦੇ ਨੇ, ਇਹ ਛੱਡਦੇ ਨਹੀਂ, ਮਤਲਬ ਬੰਦੇ ਨੂੰ ਫਿਰ ਐਂ ਇੱਦਾਂ ਨਹੀਂ ਫੀਲ ਕਰਾਉਂਦੇ ਵੀ ਇਹ ਬੰਦੇ 'ਚ ਇਸ ਫਿਲਮ ਦੇ ਵਿੱਚ ਐਕਟਰ ਕੋਈ ਹੈਗਾ ਜਾਂ ਨਹੀਂ, ਇਸ ਫਿਲਮ 'ਚ ਕੋਈ ਨਾਮੀ ਚਿਹਰੇ ਹੈਗੇ ਨੇ ਕਿ ਨਹੀਂ, ਜੇ ਇਹਨਾਂ ਨੂੰ ਕੋਈ ਚੀਜ਼ ਚੰਗੀ ਲੱਗਦੀ ਨੇ, ਕੋਈ ਵੀ ਚੀਜ਼ ਚੰਗੀ ਲੱਗਦੀ ਤਾਂ ਇਹ ਲੋਕ ਫਿਲਮ ਵੇਖਦੇ ਨੇ। ਸੋ ਇਹ ਬਸ ਸਭ ਤੋਂ ਇੱਕ ਚੰਗੀ ਅਤੇ ਇੱਕ ਮੇਰੇ ਲਈ ਮੈਨੂੰ ਲੱਗਦਾ ਕਿ ਮੈਨੂੰ ਜਿਹੜੀ ਚੀਜ਼ ਸਟਰੋਂਗ ਕਰਦੀ ਆ ਵੀ ਯੈਸ ਵੀ ਫਿਲਮ ਚੰਗੀ ਬਣਾਓ ਤਾਂ ਇਹ ਫਿਲਮ ਜ਼ਰੂਰ ਫਿਲਮ ਚੰਗੀ ਹੋਣੀ ਚਾਹੀਦੀ ਹੈ, ਬਸ ਸ਼ਰਤ ਇੱਕ ਆ ਵੀ ਫਿਰ ਤੁਹਾਡੀ ਪਰਮਾਤਮਾ ਪਿੱਠ ਨਹੀਂ ਲੱਗਣ ਦਿੰਦਾ। ਸੋ ਬਾਕੀ ਕੋਸ਼ਿਸ਼ ਕਰੋ, ਬਾਕੀ ਬਣੇ, ਆਪਾਂ ਵੀ ਕੋਸ਼ਿਸ਼ ਕਰ ਰਹੇ ਹਾਂ, ਲੈਟਸ ਸੀ ਹੁਣ ਰਿਜ਼ਲਟਸ ਕੀ ਆਉਂਦੇ ਨੇ ਨਾ। ਇਹ ਫਿਲਮ ਆਪਣੀ 12 ਨੂੰ ਰਿਲੀਜ਼ ਹੋ ਰਹੀ ਹੈ ਤੇ ਇਹ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਕਿ ਕਿੱਥੇ ਰਿਲੀਜ਼ ਹੋ ਰਹੀ ਹੈ? ਹਾਂਜੀ ਭੈਣੇ, ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜੀ, ਪੂਰੇ ਵਿਸ਼ਵ ਪੱਧਰ ਤੇ ਸਾਰੇ ਮੁਲਕਾਂ 'ਚ ਸੇਮ ਡੇਟ ਤੇ 12 ਜੁਲਾਈ ਨੂੰ, ਹਰ ਮੁਲਕ ਦੇ ਵਿੱਚ 12 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ। ਓਕੇ।